ਪੰਜਾਬ ਦੇ ਕਈ ਅਹਿਮ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਰਾਜ ਸਭਾ ਮੈਂਬਰ ਸਾਹਿਬ ਬਲਵਿੰਦਰ ਸਿੰਘ ਭੁੰਦੜ ਜੀ। ਭੁੰਦੜ ਜੀ ਨਾਲ ਗੱਲਬਾਤ ਕਰ ਰਹੇ ਹਾਂ। ਭੁੰਦੜ ਸਾਹਿਬ, ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਇਹੀ ਕਿ ਬੇਸ਼ੱਕ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ 6 ਮੈਂਬਰੀ, ਪਰ ਸਤਪਾਲ ਗੋਸਾਈ ਬੀਜੇਪੀ ਦੇ ਸੀਨੀਅਰ ਨੇਤਾ ਨੇ, ਸਾਬਕਾ ਮੰਤਰੀ ਨੇ, ਉਹਨਾਂ ਨੇ ਕਿਹਾ ਕਿ ਬੀਜੇਪੀ ਨੂੰ ਅਕਾਲੀ ਦਲ ਦੇ ਨਾਲ ਗਠਜੋੜ ਜਿਹੜਾ ਤੋੜ ਲੈਣਾ ਚਾਹੀਦਾ। ਦੇਖੋ, ਕਿਸੇ ਦੇ ਜਾਤੀ ਵਿਚਾਰ ਹੋ ਸਕਦੇ ਹੈ, ਕੁੱਲ ਮਿਲਾ ਕੇ ਬਹੁਤ ਪੁਰਾਣੀ ਇਹ ਸਾਂਝ ਹੈ। ਅਨੇਕਾਂ ਵਾਰ ਕੋਈ ਨਾ ਕੋਈ ਬੰਦਾ ਆਪਣੇ ਤੌਰ 'ਤੇ ਕੋਈ ਕਹਿੰਦਾ ਰਹਿੰਦਾ, ਉਹਦੇ ਨਾਲ ਜਿਹੜਾ ਪਾਰਟੀ ਦਾ ਗਠਜੋੜ ਹੈ, ਸਾਂਝ ਹੈ, ਉਹ ਇੱਕ ਬੰਦੇ ਦੇ ਇੰਡੀਵਿਜੁਅਲ ਜਾਤੀ ਬਿਆਨ ਦੇ ਨਾਲ ਕਦੇ ਨਾ ਟੁੱਟਦੀ ਹੈ ਨਾ ਤੋੜੀਦੀ ਹੈ। ਪਰ ਉਹ ਸੀਨੀਅਰ ਨੇਤਾ ਨੇ ਕਾਫੀ ਬੀਜੇਪੀ ਦੇ ਅਜਿਹੇ, ਜਦੋਂ ਕਿ ਕਮੇਟੀ ਦਾ ਗਠਨ ਵੀ ਕੀਤਾ ਗਿਆ, ਤੁਹਾਨੂੰ ਕੀ ਲੱਗਦਾ ਕਿਉਂ ਉਹਨਾਂ ਨੇ ਅਜਿਹਾ ਬਿਆਨ ਦਿੱਤਾ, ਵਪਾਰੀਆਂ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਇਹ ਬਿਆਨ ਦਿੱਤਾ? ਜਿੱਥੋਂ ਤੱਕ ਉਹਨਾਂ ਦੇ ਜਾਤੀ ਬਿਆਨ ਦਾ ਸਵਾਲ ਹੈ, ਉਹ ਤਾਂ ਦੇਖੋ ਉਹਨਾਂ ਦੇ ਮਨ ਦੀ ਸੋਚ ਹੋ ਸਕਦੀ ਹੈ। ਵਾਕਈ ਸੀਨੀਅਰ ਨੇਤਾ ਹੈ ਬੀਜੇਪੀ ਦਾ, ਸਿਆਣਾ ਹੈ, ਸਮਝਦਾਰ ਹੈ, ਬੜਾ ਮਿਹਨਤੀ ਹੈ, ਮੈਂ ਇੱਜ਼ਤ ਕਰਦਾ ਉਸਦੀ, ਬਾਲ ਸਾਹਿਬ ਇੱਜ਼ਤ ਕਰਦੇ ਹੈ, ਲੇਕਿਨ ਕਈ ਵਾਰੀ ਕੋਈ ਪੁਆਇੰਟ ਐਸੇ ਆ ਜਾਂਦਾ।